ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਿੱਖ ਟੂਯੂ ਚੈਨਲ ਉੱਪਰ ਆਪ ਸਭ ਜੀ ਦਾ ਸਵਾਗਤ ਹੈ ਜੀ ਸੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅਸੀਂ ਆਪਣੇ ਇਸ ਚੈਨਲ ਉੱਪਰ ਸਿੱਖ ਇਤਿਹਾਸ ਨਾਲ ਸੰਬੰਧਿਤ ਪ੍ਰਸ਼ਨ ਉੱਤਰਾਂ ਦੀ ਇੱਕ ਲੜੀ ਸ਼ੁਰੂ ਕੀਤੀ ਹੈ ਜੀ ਉਮੀਦ ਹੈ ਜੀ ਤੁਹਾਨੂੰ ਸਿੱਖ ਇਤਿਹਾਸ ਨਾਲ ਸੰਬੰਧਿਤ ਜਾਣ ਕੇ ਵਧੀਆ ਲੱਗ ਰਿਹਾ ਹੋਵੇਗਾ ਸੋ ਇਸ ਲੜੀ ਦੇ ਤਹਿਤ ਅੱਜ ਅਸੀਂ ਆਪਣਾ ਭਾਗ 10ਵਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜੀ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਸੋ ਆਓ ਜੀ ਆਪਾਂ ਅੱਜ ਦਾ ਭਾਗ 10ਵੇਂ ਦਾ ਪ੍ਰਸ਼ਨ ਨੰਬਰ ਪਹਿਲਾ ਸ਼ੁਰੂ ਕਰਦੇ ਹਾਂ ਜੀ ਪ੍ਰਸ਼ਨ ਨੰਬਰ 241 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਕਦੋਂ ਹੋਇਆ ਸੀ ਤਾਂ ਸਾਡੇ ਜੋ 6ਵੇਂ ਗੁਰੂ ਹਨ ਉਹਨਾਂ ਦਾ ਜਨਮ ਕਦੋਂ ਹੋਇਆ ਸੀ ਤਾਂ 1595 ਈਸਵੀ ਵਿੱਚ ਪ੍ਰਸ਼ਨ ਨੰਬਰ 242 ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਪਤਨੀਆਂ ਦੇ ਕੀ ਨਾਮ ਸਨ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਤਿੰਨ ਪਤਨੀਆਂ ਸਨ ਬੀਬੀ ਦਮੋਦਰੀ ਜੀ ਬੀਬੀ ਮਹਾਦੇਵੀ ਜੀ ਅਤੇ ਬੀਬੀ ਨਾਨਕੀ ਜੀ ਪ੍ਰਸ਼ਨ ਨੰਬਰ 243 ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਿੰਨੇ ਪੁੱਤਰ ਸਨ ਉਹਨਾਂ ਦੇ ਨਾਮ ਕੀ ਸਨ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤ ਸਨ ਜੀ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਨੇ ਮਾਤਾ ਦਮੋਦਰੀ ਜੀ ਦੀ ਕੁੱਖੋਂ ਜਨਮ ਲਿਆ ਸੀ ਦੂਸਰੇ ਸਨ ਜੀ ਬਾਬਾ ਸੂਰਜ ਮਹਾਰਾਜ ਜੀ ਉਹਨਾਂ ਨੇ ਮਾਤਾ ਮਹਾਦੇਵੀ ਜੀ ਦੀ ਕੁੱਖੋਂ ਜਨਮ ਲਿਆ ਤੀਸਰੇ ਸਨ ਜੀ ਬਾਬਾ ਅਨੀਰਾਏ ਜੀ ਉਹਨਾਂ ਨੇ ਮਾਤਾ ਨਾਨਕੀ ਜੀ ਦੀ ਕੁੱਖੋਂ ਜਨਮ ਲਿਆ ਚੌਥੇ ਸਨ ਜੀ ਬਾਬਾ ਅਟਲਰਾਏ ਜੀ ਉਹਨਾਂ ਨੇ ਵੀ ਮਾਤਾ ਨਾਨਕੀ ਜੀ ਦੀ ਕੁੱਖੋਂ ਜਨਮ ਲਿਆ ਸੀ ਤੇ ਪੰਜਵੇਂ ਸਨ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਨੇ ਮਾਤਾ ਨਾਨਕੀ ਜੀ ਦੀ ਕੁੱਖੋਂ ਜਨਮ ਲਿਆ ਸੀ ਇਸ ਤਰ੍ਹਾਂ ਜੋ ਗੁਰੂ ਤੇਗ ਬਹਾਦਰ ਜੀ ਸਨ ਉਹ ਅੱਗੇ ਜਾ ਕੇ ਸਿੱਖਾਂ ਦੇ ਨੌਵੇਂ ਗੁਰੂ ਬਣੇ ਸਨ ਜੀ ਪ੍ਰਸ਼ਨ ਨੰਬਰ 244 ਹੈ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੁੱਤਰੀ ਦਾ ਨਾਮ ਕੀ ਸੀ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇੱਕ ਪੁੱਤਰੀ ਸੀ ਉਹਨਾਂ ਦਾ ਨਾਮ ਸੀ ਬੀਬੀ ਵੀਰੋ ਜੀ ਤਾਂ ਉਹਨਾਂ ਨੇ ਮਾਤਾ ਦਮੋਦਰੀ ਜੀ ਦੀ ਕੁੱਖੋਂ ਜਨਮ ਲਿਆ ਸੀ ਪ੍ਰਸ਼ਨ ਨੰਬਰ 245 ਹੈ ਜੀ ਬਾਬਾ ਅਟਲ ਰਾਏ ਜੀ ਦੀ ਯਾਦ ਵਿੱਚ ਸ੍ਰੀ ਅਮਰ ਸਹਿਰ ਸਾਹਿਬ ਵਿੱਚ ਜੋ ਇਮਾਰਤ ਬਣੀ ਹੈ ਉਹ ਕਿੰਨੀ ਉੱਚੀ ਹੈ ਤਾਂ ਬਾਬਾ ਅਟਲ ਰਾਏ ਜੀ ਦੀ ਯਾਦ ਵਿੱਚ ਜੋ ਇਮਾਰਤ ਬਣੀ ਹੈ ਸ੍ਰੀ ਅਮਰ ਸਹਿਰ ਸਾਹਿਬ ਵਿਖੇ ਉਸ ਦੀਆਂ 9 ਮੰਜ਼ਲਾ ਹਨ ਜੀ ਰਸ਼ਨ ਨੰਬਰ 246 ਹੈ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਸ ਸਥਾਨ ਉੱਤੇ ਨਜ਼ਰਬੰਦ ਕੀਤਾ ਗਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਸ ਸਥਾਨ ਉੱਤੇ ਨਜ਼ਰਬੰਦ ਕੀਤਾ ਗਿਆ ਸੀ ਤਾਂ ਗਵਾਲੀਅਰ ਦੇ ਕਿਲੇ ਵਿੱਚ 247 ਪ੍ਰਸ਼ਨ ਨੰਬਰ ਹੈ ਜੀ ਗਵਾਲੀਅਰ ਦੇ ਕਿਲੇ ਵਿੱਚ ਕਿੰਨੇ ਹਿੰਦੂ ਰਾਜਾ ਕੈਦ ਸਨ ਜਿਨ੍ਹਾਂ ਨੂੰ ਗੁਰੂ ਜੀ ਨੇ ਆਪਣੇ ਨਾਲ ਰਿਹਾਅ ਕਰਵਾਇਆ ਸੀ ਤਾਂ ਕਿੰਨੇ ਰਾਜਾ ਕੈਦ ਸਨ ਜੀ 52 ਜਿਨ੍ਹਾਂ ਨੂੰ ਗੁਰੂ ਜੀ ਨੇ ਆਪਣੇ ਨਾਲ ਰਿਹਾਅ ਕਰਵਾਇਆ ਸੀ ਪ੍ਰਸ਼ਨ ਨੰਬਰ 248 ਹੈ ਜੀ ਪ੍ਰਬਾਤ ਫੇਰੀ ਦੀ ਸਭ ਤੋਂ ਪਹਿਲੀ ਚੌਂਕੀ ਕਿੱਥੇ ਮੰਨੀ ਜਾਂਦੀ ਹੈ ਤਾਂ ਪ੍ਰਬਾਤ ਫੇਰੀ ਦੀ ਸਭ ਤੋਂ ਜੋ ਪਹਿਲੀ ਚੌਂਕੀ ਹੈ ਕਿੱਥੋਂ ਮੰਨੀ ਜਾਂਦੀ ਹੈ ਗਵਾਲੀਅਰ ਵੱਲੋਂ ਪ੍ਰਸ਼ਨ ਨੰਬਰ 249 ਹੈ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚ ਕਿੰਨਾ ਸਮਾਂ ਤੱਕ ਤਪੱਸਿਆ ਕੀਤੀ ਸੀ ਤਾਂ ਗੁਰੂ ਹਰਗੋਬਿੰਦ ਜੀ ਨੇ ਗਵਾਲੀਅਰ ਦੇ ਕਿਲੇ ਵਿੱਚ ਕਿੰਨੇ ਸਮੇਂ ਤੱਕ ਤਪੱਸਿਆ ਕੀਤੀ ਸੀ ਜੀ 2 ਸਾਲ ਅਤੇ 3 ਮਹੀਨੇ ਸਾਡਾ ਅਗਲਾ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 250 ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਨજરਬੰਦ ਹਨ ਇਸ ਦਾ ਪਤਾ ਸੰਗਤ ਨੇ ਕਿਵੇਂ ਲਗਾਇਆ ਤਾਂ ਸੰਗਤ ਨੂੰ ਇਹ ਪਤਾ ਕਿਵੇਂ ਲੱਗਿਆ ਕਿ ਗੁਰੂ ਹਰਗੋਬਿੰਦ ਜੀ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਹਨ ਤਾਂ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਲਾਇਕ ਅਗਵਾਈ ਵਿੱਚ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਅਗਵਾਈ ਕੀਤੀ ਸੀ ਤਾਂ ਉਹਨਾਂ ਦੀ ਅਗਵਾਈ ਵਿੱਚ ਸੰਗਤ ਨੇ ਪਤਾ ਲਗਾ ਲਿਆ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਹਨ ਪ੍ਰਸ਼ਨ ਨੰਬਰ 251 ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਸਨ ਤਾਂ ਕਿਸਤੇ ਦੁਆਰਾ ਕਿਲੇ ਦੇ ਚਾਰੇ ਪਾਸੇ ਪ੍ਰਬਾਤ ਫੇਰੀ ਕੱਢੀ ਗਈ ਸੀ ਤਾਂ ਕਿਸਤੇ ਦੁਆਰਾ ਕਿਲੇ ਦੇ ਚਾਰੇ ਪਾਸੇ ਪ੍ਰਬਾਤ ਫੇਰੀ ਕੱਢੀ ਗਈ ਸੀ ਤਾਂ ਬਾਬਾ ਬੁੱਢਾ ਜੀ ਦੁਆਰਾ ਪ੍ਰਸ਼ਨ ਨੰਬਰ 252 ਹੈ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਗਵਾਲੀਅਰ ਵਿੱਚ ਕਿਹੜਾ ਇਤਿਹਾਸਿਕ ਗੁਰਦੁਆਰਾ ਹੈ ਤਾਂ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਜੀ ਤਾਂ ਗਵਾਲੀਅਰ ਦੇ ਕਿਲੇ ਵਿੱਚ ਹਰ ਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਕਿਹੜਾ ਕਿਲਾ ਹੈ ਜੀ ਗੁਰ ਕਿਹੜਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਜੀ ਪ੍ਰਸ਼ਨ ਨੰਬਰ 253 ਹੈ ਜੀ ਗੁਰੂ ਹਰ ਗੋਬਿੰਦ ਸਾਹਿਬ ਨੂੰ ਸਾਹਿਬ ਜੀ ਨੂੰ ਕਿਸ ਮੁਗਲ ਸ਼ਾਸਕ ਨੇ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਕੀਤਾ ਸੀ ਤਾਂ ਗੁਰੂ ਹਰ ਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਜਿਸ ਮੁਗਲ ਸ਼ਾਸਕ ਨੇ ਨਜ਼ਰਬੰਦ ਕੀਤਾ ਸੀ ਉਹ ਸੀ ਜਹਾਂਗੀਰ ਪ੍ਰਸ਼ਨ ਨੰਬਰ 254 ਹੈ ਜੀ ਬੇਗਮ ਨੂਰ ਜਹਾਨ ਨੂੰ ਇਹ ਗੱਲ ਕਿਸ ਨੇ ਕਹੀ ਕਿ ਜਦੋਂ ਤੱਕ ਗੁਰੂ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਨਹੀਂ ਹੋਣਗੇ ਤਦ ਤੱਕ ਜਹਾਂਗੀਰ ਤੰਦਰੁਸਤ ਨਹੀਂ ਹੋ ਸਕਦਾ ਤਾਂ ਇਹ ਗੱਲ ਕਿਸ ਨੇ ਕਹੀ ਸੀ ਜੀ ਮੁਸਲਮਾਨ ਸੰਤ ਸਾਈ ਮੀਆਂ ਮੀਰ ਜੀ ਨੇ ਕਹੀ ਸੀ ਪ੍ਰਸ਼ਨ ਨੰਬਰ 255 ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਇਕੱਲੇ ਰਹਿਣਾ ਕਿਉਂ ਨਹੀਂ ਹੋਣਾ ਚਾਹੁੰਦੇ ਸਨ ਕਿਉਂਕਿ ਉਹ 52 Hindu ਰਾਜਾਂ ਨੂੰ ਵੀ ਕੈਦ ਵਿੱਚੋਂ ਆਜ਼ਾਦ ਕਰਾਉਣਾ ਚਾਹੁੰਦੇ ਸਨ ਪ੍ਰਸ਼ਨ ਨੰਬਰ 256 ਹੈ ਜੀ ਜਹਾਂਗੀਰ ਨੇ ਇਹ ਸੋਚ ਕੇ ਕਿ Rajput ਗਵੰਜਾ ਹਿੰਦੂ ਰਾਜਾ ਜੋ ਗਵਾਲੀਅਰ ਦੇ ਕਿਲੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਕੈਦ ਸਨ ਕਿਸ ਦਾ ਪੱਲਾ ਨਹੀਂ ਫੜਦੇ ਕਿ ਜੁਗਤੀ ਸੋਚੀ ਜਹਾਂਗੀਰ ਨੇ ਆਦੇਸ਼ ਦਿੱਤਾ ਕਿ ਜਿੰਨੇ ਹਿੰਦੂ ਰਾਜਾ ਗੁਰੂ ਜੀ ਦਾ ਪੱਲਾ ਫੜ ਕੇ ਬਾਹਰ ਆ ਸਕਦੇ ਹਨ ਆ ਜਾ ਪ੍ਰਸ਼ਨ ਨੰਬਰ 255 ਹੈ ਜੀ ਗਵਾਲੀਅਰ ਦੇ ਕਿਲੇ ਵਿੱਚੋਂ 52 ਹਿੰਦੂ ਰਾਜਿਆਂ ਨੂੰ ਬਾਹਰ ਕੱਢਣ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀ ਯੁਗਤ ਕੱਢੀ ਸੀ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਜੋ 52 ਰਾਜੇ ਵੀ ਨજરਬੰਦ ਸਨ ਉਹਨਾਂ ਨੂੰ ਬਾਹਰ ਕੱਢਣ ਲਈ ਆਜ਼ਾਦ ਕਰਾਉਣ ਲਈ ਗੁਰੂ ਜੀ ਨੇ ਕੀ ਯੁਗਤ ਸੋਚੀ ਸੀ ਤਾਂ ਉਹਨਾਂ ਨੇ ਇੱਕ 52 ਕਲੀਆਂ ਵਾਲਾ ਚੋਲਾ ਸਲਵਾਇਆ ਸੀ ਭਾਵ ਕਿ ਗੁਰੂ ਜੀ ਨੇ ਇੱਕ ਚੋਲਾ ਸਲਵਾਇਆ ਸੀ ਜਿਸ ਨੂੰ 52 ਕਲੀਆਂ ਹੋਣ ਤੇ ਜਿਸ ਨੂੰ ਫੜ ਕੇ ਸਾਰੇ ਰਾਜਾ ਬਾਰਾਕੇ ਰਹਾ ਹੋ ਗਏ ਸਨ ਪ੍ਰਸ਼ਨ ਨੰਬਰ 258 ਹੈ ਜੀ 52 ਕਲੀਆਂ ਵਾਲਾ ਚੋਲਾ ਕਿੱਥੇ ਸੋਭnik ਹੈ ਤਾਂ 52 ਕਲੀਆਂ ਵਾਲਾ ਜੋ ਚੋਲਾ ਸਾਹਿਬ ਹੈ ਉਹ ਕਿੱਥੇ ਸੋਭਣਾ ਹੈ ਸੋਭ ਹੈ ਜੀ ਗੁਰੂ ਢਾਮੀ ਕਲਾਂ ਪਾਇਲ ਜ਼ਿਲ੍ਹਾ ਲੁਧਿਆਣਾ ਵਿਖੇ ਪ੍ਰਸ਼ਨ ਨੰਬਰ 259 ਹੈ ਜੀ ਦਾਤਾ ਬੰਦੀ ਛੋੜ ਸ਼ਬਦ ਸਭ ਤੋਂ ਪਹਿਲਾਂ ਕਿਸ ਦੇ ਦੁਆਰਾ ਵਰਤੋਂ ਵਿੱਚ ਲਿਆਂਦੇ ਗਏ ਤਾਂ ਦਾਤਾ ਬੰਦੀ ਛੋੜ ਸ਼ਬਦ ਸਭ ਤੋਂ ਪਹਿਲਾਂ ग्वालियर किले किलेगा हरिदास द्वारा वर्ते गए थे प्रश्न नंबर दो सौ साठ है जी दाता बंदी छोड़ दिवस कितने मनाया जाता है तो दाता बंदी छोड़ दिवस गुरुद्वारा दाता बंदी छोड़ साहेब ग्वालियर विखे मनाया जाता है जी प्रश्न नंबर दो सौ इकाहठ है जी दाता बंदी छोड़ दिवस कदों मनाया जाता है तो दाता छोड़ दिवस जो है देसी महीने भाव ਹਰ ਸਾਲ ਅਸੂ ਦੀ ਮੱਸਿਆ ਉੱਤੇ ਮਨਾਇਆ ਜਾਂਦਾ ਹੈ। ਪ੍ਰਸ਼ਨ ਨੰਬਰ 262 ਹੈ ਜੀ। ਦਾਤਾਬੰਦੀ ਛੋੜ ਦਿਵਸ ਅਤੇ ਦੀਵਾਲੀ ਵਿੱਚ ਕੀ ਫਰਕ ਹੈ? ਦਾਤਾਬੰਦੀ ਛੋੜ ਦਿਵਸ ਉਸ ਦਿਨ ਮਨਾਇਆ ਜਾਂਦਾ ਹੈ ਜਦੋਂ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਹੋਏ ਅਤੇ ਨਾਲ ਹੀ ਉਹਨਾਂ ਨੇ 52 Hindu ਰਾਜਾਂ ਨੂੰ ਵੀ ਰਹਾਅ ਕੀਤਾ ਸੀ। ਇਸ ਦਿਨ ਅਸੂ ਦੀ ਮੱਸਿਆ ਹੁੰਦੀ ਹੈ ਅਤੇ ਜਦੋਂ ਗੁਰੂ ਜੀ ਸ਼੍ਰੀ ਅਮਰitsar ਸਾਹਿਬ ਉੱਤੇ ਤਾਂ ਦੀਵਾਲੀ ਸੀ ਅਤੇ ਗੁਰੂ ਜੀ ਦੇ ਸਵਾਗਤ ਵਿੱਚ ਦੀਪਮਾਲਾ ਕੀਤੀ ਗਈ ਸੀ। ਪ੍ਰਸ਼ਨ ਨੰਬਰ 263 ਹੈ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਅਮਰitsar ਸਾਹਿਬ ਵਿੱਚ ਕਿਹੜਾ ਕਿਲਾ ਬਣਵਾਇਆ ਸੀ? ਤਾਂ ਗੁਰੂ ਹਰਗੋਬਿੰਦ ਜੀ ਨੇ ਅਮਰitsar ਸਾਹਿਬ ਵਿੱਚ ਕਿਹੜਾ ਕਿਲਾ ਬਣਵਾਇਆ ਸੀ ਜੀ? ਲੋਹਗੜ੍ਹ ਦਾ ਕਿਲਾ। ਪ੍ਰਸ਼ਨ ਨੰਬਰ 264 ਹੈ ਜੀ ਅਕਾਲ ਤਖਤ ਦਾ ਸ਼ਾਬਦਿਕ ਮਤਲਬ ਕੀ ਹੈ? ਅਕਾਲ ਤਖਤ ਦਾ ਸ਼ਾਬਦਿਕ ਮਤਲਬ ਹੈ ਜੀ ਪਰਮਾਤਮਿਕ ਆਸਣ ਜਾਂ ਈਸ਼ਵਰ ਦਾ ਵਿਸ਼ੇਸ਼ ਪ੍ਰਕਾਰ ਦਾ ਆਸਣ ਜਾਂ ਸਥਾਨ ਹੈ। ਪ੍ਰਸ਼ਨ ਨੰਬਰ 265 ਹੈ ਜੀ ਸ੍ਰੀ ਅਕਾਲ ਤਖਤ ਜਾਂ ਅਕਾਲ ਬੂੰਗਾ ਦੀ ਸਥਾਪਨਾ ਕਿਸ ਗੁਰੂ ਨੇ ਕੀਤੀ? ਤਾਂ ਸ੍ਰੀ ਅਕਾਲ ਤਖਤ ਜਿਸ ਨੂੰ ਜਾਂ ਅਕਾਲ ਬੂੰਗਾ ਵੀ ਕਿਹਾ ਜਾਂਦਾ ਹੈ ਦੀ ਸਥਾਪਨਾ ਸਾਡੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਕੀਤੀ। ਪ੍ਰਸ਼ਨ ਨੰਬਰ 266 ਹੈ ਜੀ ਸ੍ਰੀ ਅਕਾਲ ਤਖਤ ਜਾਂ ਅਕਾਲ ਬੂੰਗਾ ਦੀ ਸਥਾਪਨਾ ਕਦੋਂ ਕੀਤੀ ਗਈ ਸੀ? ਤਾਂ ਅਕਾਲ ਤਖਤ ਸਹਿਬ ਦੀ ਸਥਾਪਨਾ ਸੀ ਜੋ 1609 ਈਸਵੀ ਵਿੱਚ ਕੀਤੀ ਗਈ। ਸੋ ਇਹ ਸੰਜੀ ਸਾਡੇ ਅੱਜ ਦੇ ਪ੍ਰਸ਼ਨ ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ। ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।